ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਛਾ ਹਿੰਦੀ ਦੀ ਇੱਕ ਪੁਰਾਣੀ ਕਹਾਵਤ ਹੈ ਕਹੀਂ ਲੜਾਈ ਤਾਂ ਨਹੀਂ ਲੱਗੀ ਲੜਾਈ ਕੀ ਸੁਗਬੁਗਾਤ ਹੈ ਔਰ ਦੇਸ਼ ਵਿੱਚ ਚੁਣਾਵ ਹੈ ਮਤਲਬ ਕਿ ਜਦੋਂ ਵੀ ਚੁਣਾਵ ਹੁੰਦਾ ਚੁਣਾਵ ਹੁਣ ਕਿੱਥੇ ਹੈ ਚੁਣਾਵ ਹੁਣ ਹਰਿਆਣੇ ਚ ਹੈ ਤੇ ਮੁੱਦਾ ਮੁੱਦਾ ਉਹੀ ਜਿਹੜਾ ਪੰਜਾਬ ਚ ਹੁੰਦਾ ਸੀ ਐਸ ਵਾਈ ਐਲ ਆਹ ਖੜ ਜੋ 1 ਮਿੰਟ 2 ਮਿੰਟ ਮੇਰੀ ਗੱਲ ਸੁਣ ਲਓ ਜੇ ਤਾਂ ਤੁਹਾਨੂੰ ਲੱਗੇ ਵੀ ਕੁਝ ਨਵਾਂ ਦੱਸ ਰਿਹਾ ਕੁਝ ਇਹਦਾ ਹੱਲ ਹੋ ਸਕਦਾ ਫਿਰ ਤਾਂ ਅੱਗੇ ਪੂਰੀ ਦੇਖ ਲਿਓ ਨਹੀਂ ਫਿਰ ਤੁਸੀਂ ਤਾਂ ਟਪਾਈ ਦੇਣੀ ਆ ਠੀਕ ਹੈ ਹੁਣ ਗੱਲ ਕੀ ਹੈ ਵੀ ਕੇਜਰੀਵਾਲ ਸਾਹਿਬ ਪਹੁੰਚ ਗਏ ਭਗਵੰਤ ਮਾਨ ਨੂੰ ਲੈ ਕੇ ਹਰਿਆਣੇ ਚ ਕਿਉਂਕਿ ਹਰਿਆਣੇ ਚਾਰੇ ਇਲੈਕਸ਼ਨ ਜਾਂਦਿਆਂ ਹੀ ਜਿਵੇਂ ਹਰੇਕ ਇਲੈਕਸ਼ਨ ਚ ਪੰਜਾਬ ਚ ਹੁੰਦਾ ਉਹਨਾਂ ਨੇ ਵੀ ਮੁੱਦਾ ਉਹੀ ਚੱਕਿਆ ਐਸਵਾਈਐਲ ਐਸਵਾਈਐਲ ਨਾਮ ਦਾ ਬੰਬ ਬਣ ਕੇ ਉਹਨਾਂ ਦੇ ਪਾਤਾ ਕੇਜਰੀਵਾਲ ਸਾਹਿਬ ਦੇ ਘਰ ਚ ਅੱਛਾ ਉਹਨਾਂ ਨੇ ਸਿੱਧਾ ਹੀ ਮੂੰਹ ਤੇ ਮਾਰਿਆ ਸਵਾਲ ਕਹਿੰਦਾ ਵੀ ਪੰਜਾਬ ਚ ਤੁਹਾਡੀ ਸਰਕਾਰ ਹੈ ਬੜੀ ਵਧੀਆ ਬਣ ਗਈ ਹਰਿਆਣੇ ਚ ਤੁਸੀਂ ਬਣਾਉਣ ਨੂੰ ਫਿਰਦੇ ਹੋ ਖੜੋਗੇ ਕਿਹਦੇ ਨਾਲ ਪੰਜਾਬ ਦੇ ਨਾਲ ਕਿ ਹਰਿਆਣੇ ਨਾਲ ਪੰਜਾਬ ਚੋਂ ਪਾਣੀ ਆਉਂਦਾ ਉਹ ਦਵੋਂਗੇ ਕਿ ਨਹੀਂ ਦਵੋਂਗੇ ਭਈ ਸਵਾਲ ਬਹੁਤ ਕੀਤੇ ਕੇ ਜੀਵਾਲ ਸਾਹਿਬ ਵੀ ਫਿਰ ਅੱਗੇ ਲਾਲਾ ਬੰਦਾ ਹੈ ਸਿਆਣਾ ਬੰਦਾ ਸਿਆਣਾ ਬੰਦਾ ਪੜਿਆ ਲਿਖਿਆ ਬੰਦਾ ਪੜਿਆ ਲਿਖਿਆ ਹੁੰਦਾ ਹੁੰਦਾ ਉਹਨੇ ਕੀ ਕੀਤਾ ਉਹ ਕਹਿੰਦਾ ਵੀ ਦੇਖੋ ਵੀ ਜਿੰਨੇ ਵੀ ਬੀਜੇਪੀ ਵਾਲੇ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਜਿਹੜਾ ਤੁਹਾਡੇ ਕੋਲ ਹੱਲ ਹੁੰਦਾ ਤਾਂ ਤੁਸੀਂ ਹੱਲ ਕਰ ਦਿਓ ਤੇ ਨਹੀਂ ਤਾਂ ਫਿਰ ਜਿਹੜਾ ਤੁਹਾਡਾ ਲੀਡਰ ਹੈ ਜਿਹੜਾ ਤੁਹਾਡਾ ਮੇਨ ਬੰਦਾ ਯਾਨੀ ਪ੍ਰਧਾਨ ਮੰਤਰੀ ਵੀ ਉਹਨੂੰ ਕਹੋ ਮੋਦੀ ਸਾਹਿਬ ਨੂੰ ਮੈਨੂੰ ਚਾਹ ਤੇ ਬੁਲਾਵੇ ਮੈਂ ਵੱਤ ਉਸ ਨਾਲ ਬਿਸਕੁਟੀ ਖਾਉਂਗਾ ਨਾਲੇ ਤਾਂ ਚਾਹ ਬਿਸਕੁਟ ਖਾਵਾਂਗੇ ਪੀਵਾਂਗੇ ਨਾਲ ਮੈਂ ਹੱਲ ਦੱਸ ਕੇ ਜਾਊਂਗਾ ਗੱਲਾਂ 'ਚ ਨਹੀਂ ਹੱਲ ਦੱਸ ਕੇ ਜਾਊਂਗਾ ਹੁਣ ਉਹੀ ਹਾਰ ਬੰਬ ਵਾਲਾ ਐਸਵਾਈਐਲ ਵਾਲੇ ਬੰਬ ਵਾਲਾ ਕਲਾਗੇ ਮੋਦੀ ਸਾਹਿਬ ਦੇ ਗੱਲ 'ਚ ਪਾਦਾ ਹੁਣ ਮੋਦੀ ਸਾਹਿਬ ਜਾਣ ਮਤਲਬ ਉਸ ਤੋਂ ਬਾਅਦ ਕੋਈ ਬਿਆਨ ਨਹੀਂ ਆਇਆ ਵੀ ਮੋਦੀ ਦੇ ਵੀ ਸੌਰੀ ਕੇਜਰੀਵਾਲ ਦੇ ਸਵਾਲ ਦਾ ਕੋਈ ਜਵਾਬ ਦਈਏ ਕਿ ਨਾ ਦਈਏ ਅੱਛਾ ਗੱਲ ਕੀ ਹੈਗੀ ਹੈ ਹੱਲ ਇੱਕ ਸੂਝਵਾਨ ਬੰਦੇ ਨੂੰ ਲਗਭਗ ਪਤਾ ਹੀ ਹੁੰਦਾ ਕਿਉਂਕਿ ਭਾਜੀ ਤੁਹਾਨੂੰ ਪਤਾ ਜਿਹੜੇ ਆਪਣੇ ਭਾਜੀ ਬੀਸੀਬੀ ਦੇ ਭਾਜੀ ਵਾਲੇ ਬੰਦੇ ਉਹ ਵੀ ਬਸ ਕੇਲ ਹੀ ਐ ਮੈਂ ਉਹਨਾਂ ਨੂੰ ਕੱਲ ਗੱਲ ਕੀਤੀ ਮੈਂ ਕਿਹਾ ਭਾਜੀ ਆਪਾਂ ਉਹ ਐਸਵਾਈਐਲ ਤੇ ਕਰਨਾ ਹੈਗਾ ਤੇ ਉਹ ਕਹਿੰਦੇ ਹਾਂ ਹਾਂ ਜਦੋਂ ਮਰਜੀ ਭਾਜੀ ਲੱਗਦਾ ਭਾਜੀ ਕਿਤੇ ਕੰਮ ਚ ਵਧੀਆ ਐਂ ਕਰਦੇ ਫਿਰ ਮੇਰੀ ਜਿੰਨੀ ਕੋ ਉਹਨਾਂ ਨਾਲ ਗੱਲ ਹੋਈ ਆ ਮੋਟਾ-ਮੋਟਾ ਤੁਹਾਨੂੰ ਪਤਾ ਮੇਰਾ ਦਿਮਾਗ ਮੋਟਾ ਜਿਹਾ ਉਹਦੇ 'ਚ ਗੱਲਾਂ ਥੋੜੀਆਂ ਜਿਹੀਆਂ ਜਿੰਨੀਆਂ ਕੁ ਗੱਲਾਂ ਮੇਰੇ ਦਿਮਾਗ 'ਚ ਰਹਿ ਗਈਆਂ ਉਹਨਿਆਂ ਕੁ ਮੈਂ ਤੁਹਾਨੂੰ ਦੱਸ ਦਣਾ ਬਾਕੀ ਪਾਪਾ ਜੀ ਨੂੰ ਫੇਰ ਬਾਜ ਮਾਰ ਲਾਂਗੇ ਅੱਛਾ ਮੈਂ ਪਾਜੀ ਨੂੰ ਪੁੱਛਿਆ ਵੀ ਪਾਜੀ ਕਿਵੇਂ ਹੱਲ ਹੋਊਗਾ ਕਿ ਕੇ ਜੀਵਾ ਸਾਹਿਬ ਕੀ ਕਰਨਗੇ ਇਹ ਵੀ ਪਾਣੀ ਪੰਜਾਬ ਤੇ ਹਰਿਆਣੇ ਦਾ ਅਧੋ-ਅਧ ਵੰਡ ਦੇਣਗੇ ਵੀ ਪਾਣੀ ਤਾਂ ਉਹਨਾਂ ਨੂੰ ਦੇਣਾ ਪਊਗਾ ਹੁਣ ਗੱਲ ਕੀ ਹੈ ਹਰਿਆਣੇ ਦਾ ਜਿਹੜਾ ਸਮਝੌਤਾ ਸੀ ਐਸਵਾਈਐਲ ਦਾ ਪੰਜਾਬ ਨਾਲ ਉਹ ਸੀਗਾ 4.8 ਐਮਐਫ ਪੰਜਾਬ ਨੇ ਹਰਿਆਣੇ ਨੂੰ ਪਾਣੀ ਦੇਣਾ ਹੁਣ 4.8 ਐਮਐਫ ਪਾਣੀ ਮੈਂ ਪਾਜੀ ਨੂੰ ਪੁੱਛਿਆ ਵੀ ਪੰਜਾਬ ਹਰਿਆਣੇ ਨੂੰ ਦੇਊਗਾ ਉਹ ਕਹਿੰਦੇ ਵੀ ਇਹ ਇਦਾ ਹੱਲ ਜਿਹੜਾ ਹੈਗਾ ਇੱਕ ਟ੍ਰੀਟੀ ਹੈ 19 ਨਵੰਬਰ 1960 ਨੂੰ ਇੱਕ ਟ੍ਰੀਟੀ ਹੋਈ ਸੀ ਉਹਦੇ ਵਿੱਚ ਇਹਦਾ ਹੱਲ ਆਪ ਹੀ ਹੈਗਾ ਪਰ ਕੀ ਹੈ ਵੀ ਜਿਹੜੇ ਲੀਡਰਸ ਆ ਪਤਾ ਤਾਂ ਉਹਨਾਂ ਨੂੰ ਵੀ ਆ ਹੋ ਸਕਦਾ ਕੋਈ ਉਹਨਾਂ ਦੀ ਮਜਬੂਰੀ ਰਹੀ ਹੋਊਗੀ ਜਾਂ ਕਿਵੇਂ ਵੀ ਉਹ ਆਪਾਂ ਪਾਣੀ ਤੋਂ ਪੁੱਛਾਂਗੇ ਮੇਰੇ ਮાળા ਦਿਮਾਗ 'ਚ ਨਹੀਂ ਹੁਣ ਮੈਂ ਤੁਹਾਨੂੰ ਉਹ ਹੀ ਦੱਸਦਾ ਵੀ ਉਹੋ ਜਿਹੜੀ ਟ੍ਰੀਟੀ ਸੀਗੀ ਉਹ ਉਹਦਾ ਮੈਨੂੰ ਕੀ ਸਮਝ ਲੱਗਿਆ ਉਹ ਟ੍ਰੀਟੀ ਕੀ ਹੈ ਉਹ ਟ੍ਰੀਟੀ 19 ਨਵੰਬਰ 1960 ਨੂੰ ਟ੍ਰੀਟੀ ਮਤਲਬ ਸਮਝੌਤਾ ਹੁੰਦਾ ਠੀਕ ਹੈ 19 ਨਵੰਬਰ 1960 ਨੂੰ ਇੱਕ ਟ੍ਰੀਟੀ ਹੋਈ ਸੀ ਇੰਡਸ ਵਾਟਰ ਟ੍ਰੀਟੀ ਇੱਕ ਟ੍ਰੀਟੀ ਹੋਈ ਸੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਉਹਦੇ ਵਿੱਚ ਕੀ ਸੀਗਾ ਵੀ 6 ਦਰਿਆ ਸੀਗੇ 6 ਦਰਿਆਵਾਂ ਦੇ ਵਿੱਚੋਂ 3 ਦਰਿਆ ਪਾਕਿਸਤਾਨ ਨੂੰ ਦੇਤੇ ਵੀ ਇਹਦਾ ਪਾਣੀ ਪਾਕਿਸਤਾਨ ਵਰਤੂਗਾ ਤੇ 3 ਦਰਿਆ ਦੇਤੇ ਭਾਰਤ ਨੂੰ ਵੀ ਇਹਦਾ ਪਾਣੀ ਭਾਰਤ ਵਰਤੂਗਾ ਮਤਲਬ ਉਹਨਾਂ ਦੀ ਮਲਕੀਅਤ ਦਿੱਤੀ ਠੀਕ ਹੈ ਹੁਣ ਜਿਹੜੇ ਪਾਕਿਸਤਾਨ ਤੇ ਜਿਹੜੇ ਤਿੰਨ ਦਰਿਆਵਾਂ ਦੀ ਮਲਕੀਅਤ ਹੈ ਉਹ ਹੈਗਾ ਇੰਡਸ ਚਨਾਬ ਤੇ ਜਿਲਮ ਤੇ ਜਿਹੜੀਆਂ ਦੀ ਭਾਰਤ ਕੋਲ ਮਲਕੀਅਤ ਹੈ ਉਹ ਹੈਗੀਆਂ ਸਤਲੁਜ ਰਾਵੀ ਤੇ ਬਿਆਸ ਹੋ ਗਿਆ ਛੇ ਦਰਿਆ ਤਿੰਨ ਤਿੰਨ ਦੋਨਾਂ ਚ ਵੰਡਦੇ ਹੁਣ ਜਿਹੜੀਆਂ ਤਿੰਨ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਉਹਦੇ ਚ ਬਹੁਤ ਜ਼ਿਆਦਾ ਪਾਣੀ ਸੀਗਾ ਹੁਣ ਇੰਡੀਆ ਕਹਿੰਦਾ ਵੀ ਇਹ ਦਰਿਆ ਵੱਡੇ ਆ ਇਹਨਾਂ ਚ ਪਾਣੀ ਵੱਧ ਹੈ ਤੇ ਵੀ ਸਾਡੇ ਕੋਲੇ ਜਿਹੜਾ ਏਰੀਆ ਵੱਧ ਹੈ ਤੇ ਇਹਨਾਂ ਦਰਿਆਵਾਂ ਚ ਪਾਣੀ ਘੱਟ ਹੈ ਜਿਹੜੇ ਮੇਰੇ ਕੋਲੇ ਆ ਫਿਰ ਉਹਦੇ ਤੇ ਇੱਕ ਸਮਝੌਤਾ ਹੋਇਆ ਵੀ ਜਿਹੜੇ ਤਿੰਨ ਦਰਿਆ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਉਹਨਾਂ ਦੇ ਵਿੱਚੋਂ 40 31MAF ਪਾਣੀ ਜਿਹੜਾ ਹੈਗਾ ਉਹ ਇੰਡੀਆ ਯੂਜ਼ ਕਰ ਸਕਦਾ 31MAF ਬਹੁਤ ਵੱਡੀ ਤਾੜ ਹੈ ਪਰ ਹੁਣ 31MAF ਦਾ ਜਿਹੜਾ ਸਮਝੌਤਾ ਗਿਆ ਹੁਣ ਮੁੱਦਾ ਕੀ ਹੈ ਰੌਲਾ ਕੀ ਹੈ ਖੜ ਜੋ ਖੜ ਵਾ 1 ਮਿੰਟ ਹੋਰ ਬਸ 1 ਮਿੰਟ ਹੋਰ ਦੋ ਭਈ ਇਹ ਜਿਹੜਾ ਹੈਗਾ ਉਹਦੇ ਵਿੱਚੋਂ ਹਾਲੇ ਤੱਕ ਆਪਾਂ ਜਿਹੜਾ ਹੈਗਾ ਇੰਡੀਆ 31MAF ਦੇ ਵਿੱਚੋਂ 7.5 MAF ਪਾਣੀ ਹੀ ਯੂਜ਼ ਕਰ ਰਿਹਾ ਹੈ ਤੇ ਹਰਿਆਣੇ ਨੂੰ ਕਿੰਨਾ ਦੇਣਾ 4.8 maf ਹੁਣ 31 maf ਦੇ ਵਿੱਚੋਂ 7.5 maf ਆਪਾਂ ਯੂਜ਼ ਕਰ ਰਹੇ ਆ ਬਾਕੀ ਕਿੰਨਾ ਬਚਿਆ ਆਈ ਥਿੰਕ 23 24 maf ਬਚ ਗਿਆ ਹੈਨਾ ਅੱਛਾ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਜਿੰਨਾ ਤਿੰਨ ਦਰਿਆਵਾਂ ਦਾ ਉਹ ਸਾਰਾ ਪਾਕਿਸਤਾਨ ਵੀ ਨਹੀਂ ਯੂਜ਼ ਕਰਦਾ ਉਹ ਜਿੰਨਾ ਕੋਈ ਵਰਤਣਾ ਹੁੰਦਾ ਵਰਤ ਲੈਂਦਾ ਉਸ ਤੋਂ ਬਾਅਦ ਸਾਰਾ ਪਾਣੀ ਜਾ ਕੇ ਫਿਰ ਸਮੁੰਦਰ ਦੇ ਵਿੱਚ ਅੱਛਾ ਉਹ ਜਿਹੜਾ 23 24 maf ਪਾਣੀ ਹੈ ਉਹ ਤਾਂ ਆਪਾਂ ਪਾਕਿਸਤਾਨ ਨੂੰ ਛੱਡ ਦੇਨੇ ਐਂ ਉਹਦੇ ਤਾਂ ਪਰ ਰੋਕ ਲਾਉਂਦੇ ਨਹੀਂ ਵੀ ਆਪਾਂ ਵਰਤ ਲਈਏ ਤੇ ਇਹਨਾਂ ਨੂੰ ਜਿਨ੍ਹਾਂ ਨੂੰ ਜਿਹੜਾ ਨੂੰ ਦੇਣਾ ਹੀ 4.8 ਐਮਐਫਾ ਇਹਨਾਂ ਨਾਲ ਆਪਾਂ ਰੋਜ਼ ਦੀ ਲਿੱਤੋ ਡਾਂਗੀ ਹੋ ਜਾਂਦੇ ਆ ਫਿੱਤੋ ਛਿੱਤਰੀ ਹੋ ਜਾਂਦੇ ਆ ਮਤਲਬ ਜਦੋਂ ਦਾ ਇਹ ਸਮਝੌਤਾ ਹੋਇਆ ਉਦੋਂ ਦਾ ਹੱਲ ਇਹੀ ਹੈ ਕਿਤੇ ਕਿਸਾਨਾਂ ਤੋਂ ਜ਼ਮੀਨ ਲੈ ਲਈ ਕਿ ਸਾਡਾ ਨੂੰ ਜ਼ਮੀਨ ਵਾਪਸ ਕਰਤੀ ਐਸਵੇ ਬਣ ਗਈ ਫਿਰ ਰੀਫਿਲ ਕਰਤੀ ਉਹਦੇ ਤੇ ਗਾਣੇ ਬਣੀ ਜਾਂਦੀਆਂ ਉਹਦੇ ਤੇ ਗੋਲੀਆਂ ਚੱਲੀ ਜਾਂਦੀਆਂ ਉਹਦੇ ਤੇ ਡਾਂਗਾ ਚੱਲਿੰਦਾ ਭਰਾਵਾਂ ਨਾਲ ਤਾਂ ਆਪਾਂ ਲੜੀ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਕੁਝ ਕਹਿੰਦੇ ਨਹੀਂ ਸਮਝ ਗਏ ਮੇਰੀ ਗੱਲ ਨਾ ਯਾਨੀ ਕਿ ਹੁਣ ਇਹ ਪਾਣੀ ਕਿੰਨਾ ਟੋਟਲ ਹੈਗਾ ਕਿੰਨਾ ਕਿੱਥੋਂ ਆਉਂਦਾ ਕਿੱਥੋਂ ਦੀ ਹੋ ਕੇ ਜਾਂਦਾ ਕਿਵੇਂ ਆਪਾਂ ਵਾਪਸ ਲੈ ਸਕਦੇ ਆ ਇਹ ਜਿਹੜੀ ਗੱਲ ਹੈ ਇੱਕ ਮਿੰਟ ਮੈਂ ਭਾਈ ਨੂੰ ਫੇਰ ਆਵਾਜ਼ ਮਾਰ ਲੈਣਾ ਜੇ ਅੱਗੇ ਤਾਂ ਆਪਾਂ ਉਹਨੇ ਗੱਲ ਕਰ ਲੈਣਾ ਨਹੀਂ ਫਿਰ ਆਪਾਂ ਕੱਲ੍ਹ ਤੇ ਰੱਖਾਂਗੇ ਪ੍ਰੋਗਰਾਮ ਭਾਜੀ ਅੱਗੇ ਕਿ ਨਹੀਂ ਮੈਨੂੰ ਲਾ ਦੇ ਤੁਹਾਨੂੰ ਥੋੜਾ ਆ ਸਬਰ ਕਰਨਾ ਪਊਗਾ ਵੇਟ ਕਰਨੀ ਪਊਗੀ ਆਪਾਂ ਇਹ ਐਪੀਸੋਡ ਬਾਕੀ ਕੱਲ੍ਹ ਹੀ ਕਰਾਂਗੇ ਹੁਣ ਆਪਾਂ ਭਾਜੀ ਤੋਂ ਪੁੱਛਾਂਗੇ ਵੀ ਜੇ ਇਹ ਹੱਲ ਹੈਗਾ ਮੰਨ ਲਓ 23 24 ਐਮਐਫ ਪਾਣੀ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਹੈ ਉਹ ਕਿਉਂ ਜਾ ਰਿਹਾ ਹੈ ਕੀ ਹੋਰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਉਹ ਰੋਕ ਕਿਉਂ ਨਹੀਂ ਸਕਦੇ ਆਪਾਂ ਉਹਨੂੰ ਯੂਜ਼ ਕਿਉਂ ਨਹੀਂ ਕਰ ਰਹੇ ਇਹਦਾ ਕਾਰਨ ਕੀ ਹੈ ਕਿਵੇਂ ਆਪਾਂ ਉਹਨੂੰ ਯੂਜ਼ ਕਰ ਸਕਦੇ ਆ ਕੀ ਹੱਲ ਹੈ ਕੀ ਕਹਾਣੀ ਹੈ ਤੇ ਕਿਉਂ ਹਰ ਸਾਲ ਇਹੀ ਮੁੱਦਾ ਚ ਕਹਿੰਦੇ ਆ ਇਹਦੇ ਪਿੱਛੇ ਫਿਰ ਗੋਲੀਆਂ ਚੱਲਦੀਆਂ ਡਾਂਗਾ ਚੱਲਦੀਆਂ ਹਰੇਕ ਇਲੈਕਸ਼ਨ ਦੇ ਵਿੱਚ ਇਹੀ ਮੁੱਦਾ ਚੱਕਿਆ ਜਾਂਦਾ ਇਹਦੇ ਪਿੱਛੇ ਲੋਕ ਜਿੱਤੇ ਜਾਂਦੇ ਆ ਇਹਦੇ ਪਿੱਛੇ ਲੋਕ ਹਾਰ ਜਾਂਦੇ ਆ ਤੇ ਇਹਦੇ ਬਾਰੇ ਆਪਾਂ ਕੱਲ ਗੱਲ ਕਰਾਂਗੇ। ਉਹਦੇ ਤੱਕ ਮੈਨੂ ਤੋਂ ਅਯਾਜ ਤੱਕ ਕੱਲ ਮਿਲਦੇ ਆਪਾਂ ਬੀਸੀ ਵਿੱਚ ਪਾਜੀ ਦੇ ਵਿੱਚ। ਸਤਿ ਸ਼੍ਰੀ ਅਕਾਲ।